ਜਾਗੋ ਮਾਤਾ ਜਾਗੋ ਪਾਲ ਜੈ ਨੰਦ ਲਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਕਬੀਰ ਧੰਨ ਕਬੀਰ ਦੋਸਤੋ ਤੁਹਾਡਾ ਵੀਰ ਕੀਮਤੀ ਭਗਤ ਸਾਬਕਾ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਉਹ ਪ੍ਰਧਾਨ ਸ਼੍ਰੋਮਣੀ ਕਾਲੀ ਦਾਲ ਪੰਜਾਬ ਦੋਸਤੋ ਅੱਜ ਮੈਂ ਆਪਣੇ ਪ੍ਰਾਤਨ ਵਿਸ਼ੇ ਦੇ ਉੱਤੇ ਗੋਮਾਤਾ ਦੀ ਸੇਵਾ ਸੰਭਾਲ ਵਾਸਤੇ ਤੁਹਾਡੇ ਨਾਲ 2 ਮਿੰਟ ਵਾਸਤੇ ਤੁਹਾਡੇ ਸਮਾਂ ਤੁਹਾਡਾ ਲਵਾਂਗਾ ਦੋਸਤੋ ਸਾਰੇ ਪੰਜਾਬ ਦੇ ਵਿੱਚ 512 ਦੇ ਕਰੀਬ ਗਊਸ਼ਾਲਾ ਨੇ ਜਿਹਦੇ ਅੰਦਰ 384000 ਦੇ ਕਰੀਬ ਗਊ ਧਨ 1 ਲੱਖ ਦੇ ਕਰੀਬ ਲਵਾਰਸ ਬੇ ਸਾਰਾ ਗਊ ਧਨ ਰੋਡ ਤੇ ਵੇ 25 26 ਲੱਖ ਦੇ ਕਰੀਬ ਗਊ ਧਨ ਪੰਜਾਬ ਦੇ ਫਾਰਮਰ ਕੋਲ ਜਿਹੜਾ ਫਾਰਮਰ ਜਿਹੜੇ ਹੋਸਟਨ ਜਰਸੀ ਫਰੀਜ਼ਨ ਗਊ ਤਾਂ ਨਦੀ ਸੇਵਾ ਸੰਭਾਲ ਕਰਦੇ ਨੇ ਔਰ ਪੰਜਾਬ ਦੇ ਲੋਕਾਂ ਨੂੰ ਦੁੱਧ ਮਿਲਦਾ ਔਰ 52 ਲੱਖ ਦੇ ਕਰੀਬ ਪੰਜਾਬ ਦੇ ਅੰਦਰ ਬੈਫਲੋਏ ਮੱਝ ਇਹ ਸਾਰਾ ਜਿਹੜਾ ਪਸ਼ੂਧਾਨ ਹੈ ਇਹਦਾ ਸਾਰੇ 1 ਸਾਲ ਦੇ ਵਿੱਚ ਸਿਰਫ 3 ਮਹੀਨੇ ਹਰਾ ਚਾਰਾ ਜਿਹੜਾ ਇਹਨਾਂ ਨੂੰ ਮਿਲਦਾ 9 ਮਹੀਨੇ ਦੇ ਕ੍ਰੀਬ ਜਿੰਨੀ ਮਾਨਵ ਦੀ ਗਰਭਵਸਤਾ ਦਾ ਟਾਈਮ ਹੁੰਦਾ 9 ਮਹੀਨੇ ਸੁੱਕਾ ਚਾਰਾ ਤੂੜੀ ਜਿਹੜੀ ਇਹਨਾਂ ਨੂੰ ਆਪਾਂ ਪਾਈ ਦੀ ਏ ਇਹਦਾ ਤਾਂ ਕੀ ਪਾਲਣ ਪੋਸ਼ਣ ਜਿਹੜਾ પેટ ਦੀ ਏ ਪਰਪਾਈ ਹੋ ਸਕਦੀ ਏ ਔਰ ਅੱਜ ਜਿਹੜਾ ਸੰਕਟ ਆਇਆ ਵੈਸੇ ਤੇ ਸਦੀਆਂ ਤੋਂ ਜਿਹੜੇ ਦੁਸ਼ਟ ਨੇ ਉਹ ਪੰਜਾਬ ਦੇ ਵਿੱਚ ਵੀ ਦੇਸ਼ ਦੇ ਵਿੱਚ ਵੀ ਦੁਨੀਆ ਦੇ ਵਿੱਚ ਵੀ ਬੇਜਮਾਨਾਂ ਦੇ ਉੱਤੇ क्रूरਤਾ ਕਰਦੇ ਨੇ ਔਰ ਗਊ ਧਰਨ ਜਿਹੜਾ ਉਹਨਾਂ ਦਾ ਮੁੱਖ ਰੂਪ ਦੇ ਵਿੱਚ ਉਹਦੀ ਗਊ ਦੀ ਹੱਤਿਆ ਕਰਦੇ ਨੇ ਸਲਟਨ ਕਰਦੇ ਨੇ ਸਮਗਲਿੰਗ ਕਰਦੇ ਨੇ ਗਊ ਮਾਸ ਦਾ ਵਪਾਰ ਕਰਦੇ ਨੇ ਜਿਹੜਾ ਅਤਿਅੰਤ ਦੁੱਖਦਾਈ ਵਿਸ਼ਾ ਜਿਹੜਾ ਭਾਰਤ ਆਜ਼ਾਦ ਭਾਰਤ ਦੇ ਮੱਥੇ ਦੇ ਉੱਤੇ ਇੱਕ ਕਲੰਕ ਦਾ ਟਿੱਕਾ ਹੈ ਵੀ ਅੱਜ ਵੀ ਦੇਸ਼ ਦੇ ਅੰਦਰ ਗਊ ਹੱਤਿਆ ਹੋ ਰਹੀ ਹੈ ਸਰਕਾਰਾਂ ਵੀ ਬਦਲ ਗਈਆਂ ਚਾਏ ਔਰ ਅੱਜ ਜਿਹੜਾ ਸੰਕਟ ਗਊ ਮਾਤਾ ਤੇ ਸਭ ਤੋਂ ਜ਼ਿਆਦਾ بڑا ਸੰਕਟ ਆਇਆ ਹੈ ਉਹ ਸੰਕਟ ਇਹ ਹੈ ਕਿ ਅੱਜ ਅਸੀਂ ਪਹਿਲੇ ਅੱਜ ਤੋਂ 6 ਮਹੀਨੇ ਪਹਿਲਾਂ ਜਿਹੜੀ ਤੁੜੀ ਪਰਚੇਜ਼ ਕਰੀਦੀ ਸੀ ਮੁੱਲ ਖਰੀਦੀ ਦੀ ਸੀ ਉਹ ਤਕਰੀਬਨ 3 ਜਾਂ 4 ਰੁਪਏ ਕਿਲੋ ਤੂੜੀ ਮਿਲਦੀ ਸੀ ਅੱਜ ਉਹ ਤੂੜੀ ਜਿਹੜੀ ਹੈ 15 16 17 ਰੁਪਏ ਕਿਲੋ ਵੀ ਜਿਹੜੀ ਤੂੜੀ ਹੈ ਨਹੀਂ ਮਿਲ ਰਹੀ ਕਾਰਨ ਪੰਜਾਬ ਦੇ ਵਿੱਚ 6 ਦੇ ਕਰੀਬ ਗੱਤਾ ਮਿੱਲਾਂ ਨੇ ਗੱਤਾ ਮਿੱਲਾਂ ਇਸ ਤੂੜੀ ਨੂੰ ਆਰਾ ਮਟੀਰੀਅਲ ਦੇ ਹਿਸਾਬ ਦੇ ਨਾਲ ਵਿੱਚ ਯੂਜ਼ ਕਰਦੇ ਨੇ ਗੱਤੇ ਦੀਆਂ ਤਹਿਵਾਂ ਦੇ ਵਿੱਚ ਪਾਉਣ ਵਾਸਤੇ ਔਰ ਕੁਝ ਜੜੀਆਂ ਨੇ ਬਹੁਤ ਬੜੀਆਂ ਡਿਸਟਰੀਆਂ ਨੇ ਬਹੁਤ ਬੜੀਆਂ ਫੈਕਟਰੀਆਂ ਨੇ ਉਹਨਾਂ ਦੇ ਕੋਲ ਬਹੁਤ بڑے بڑے ਬੋਇਲਰ ਨੇ ਜਿਹੜਾ ਕੋਲਾ ਉਹਨਾਂ ਨੂੰ ਤਕਰੀਬਨ 70-90 ਰੁਪਏ ਕਿਲੋ ਦੇ ਹਿਸਾਬ ਨਾਲ ਕੋਲਾ ਮਿਲਦਾ ਔਰ ਇਹ ਬਹੁਤ ਸਸਤੀ ਮਿਲਦੀ ਤੂੜੀ ਉਹ ਇਹਨੂੰ ਜਲਾਣ ਦੇ ਵਿੱਚ ਕੰਮ ਆ ਰਿਹਾ ਵੈਸੇ ਤੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸਤਕਾਰਯੋਗ ਨਰਿੰਦਰ ਮੋਦੀ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਚੀਫ ਸੈਕਟਰੀ ਪੰਜਾਬ ਦੇ ਮਹਾਮਹਿੰਮ ਗਵਰਨਰ ਸਾਹਿਬ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਪਸ਼ੂ ਧਨ ਦਾ ਚਾਰਾ ਗਊ ਧਨ ਦਾ ਚਾਰਾ ਇਹ ਕਿਸੇ ਵੀ ਰਾਮ ਮਟੀਰੀਅਲ ਦੇ ਅੰਦਰ ਯੂਜ਼ ਨਹੀਂ ਹੋ ਸਕਦਾ ਕਿਉਂਕਿ ਇੱਕ ਕਾਨੂੰਨ ਬਣਿਆ ਪੂਰੇ ਦੇਸ਼ ਦੇ ਵਿੱਚ ਬੇਜਮਾਨਾ ਦਾ ਜਿਹੜਾ ਚਾਰਾ ਹੈ ਉਹ ਕਿਸੇ ਵੀ ਮਟੀਰੀਅਲ ਦੇ ਰੂਪ ਦੇ ਵਿੱਚ ਵਰਤਿਆ ਨਹੀਂ ਜਾ ਸਕਦਾ ਹੁਣ ਮੇਰੀ ਅਸੀਂ ਇੱਕ ਪੰਜਾਬ ਦੇ ਵਿੱਚ ਪਰਮ ਪੂਜਨੀਏ ਸਵਾਮੀ ਕ੍ਰਿਸ਼ਨਾਨੰਦ ਮਹਾਰਾਜ ਜੀ ਜੋ ਰਾਸ਼ਟਰੀ ਅਧਿਕਸ਼ ਨੇ ਗਊ ਸੇਵਾ ਮਿਸ਼ਨ ਦੇ ਮੇਰੇ ਮਿੱਤਰ ਆਦਰਨੀਯ ਸਤੀਸ ਜੀ ਜੋ ਰਾਜਪੁਰੇ ਤੁਨੇ ਜੋ ਗਊ ਰੱਖਿਆ ਦਲ ਦੇ ਰਾਸ਼ਟਰੀ ਅਧਿਕਸ਼ ਨੇ ਪਵਨ ਗੁਪਤਾ ਜੀ ਜਿਹੜੇ ਹਿੰਦੁਸਤਾਨ ਸ਼ਿਵਸਨਾ ਦੇ ਰਾਸ਼ਟਰੀ ਅਧਿਕਸ਼ ਨੇ ਸਾਡੇ ਰਵੀ ਕਾਂ ਜੀ ਜੋ ਪਟਿਆਲੇ ਤੋਂ ਮੰਤਰੀ ਨੇ ਹਿੰਦੂ ਵੈਲਫੇਅਰ ਬੋਰਡ ਦੇ ਹੋਰ ਸਾਡੇ ਜਿੰਨੇ ਵੀ ਸਾਥੀ ਜਿਹੜੇ ਗਊ ਧਨ ਦੀ ਸੇਵਾ ਸੰਭਾਲ ਸੁਰੱਖਿਆ ਵਾਸਤੇ ਕੁਝ ਕਰਨਾ ਚਾਹੁੰਦੇ ਨੇ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਪ੍ਰਾਰਥਨਾ ਹੈ ਕਿ ਅਗਰ ਅੱਜ ਜਿਹੜੀ 15 16 ਰੁਪਏ ਕਿਲੋ ਤੂੜੀ ਲੈ ਕੇ ਕੋਈ ਵੀ ਗਊ ਮਾਤਾ ਨੂੰ ਗਊਸ਼ਾਲਾ ਦੇ ਅੰਦਰ ਨਹੀਂ ਪਾਏਗਾ ਜੇ ਨਹੀਂ ਪਾਏਗਾ ਤੇ ਗਊ ਮਾਤਾ ਗਊਸ਼ਾਲਾ ਦੇ ਅੰਦਰ ਵੀ ਤੇ ਜਿਹੜੀ ਫਾਰਮਰ ਕੋਲ ਵੀ ਹੈ ਜਿਹੜੀ ਗਊ ਧਨ ਰੋਡ ਦੇ ਉੱਤੇ ਵੀ ਹੈ ਇਹ ਗਊ ਮਾਤਾ ਦੀ ਹੱਤਿਆ ਹੋਏਗੀ ਭੁੱਖ ਦੇ ਨਾਲ ਪੰਜਾਬ ਦੀ ਜਿਹੜੀ ਹੈ ਪਾਵਨ ਤੇ ਪਵਿੱਤਰ ਦਸਮ ਗੁਰੂਆਂ ਦੀ ਚਰਨ ਛੋਹ ਦੇਵੀ ਦੇਵਤਿਆਂ ਦੀ ਇਹ ਧਰਤੀ ਹੈ ਇੱਥੇ ਨਾ ਗਊ ਤੇ ਨਾ ਗਰੀਬ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕੋਈ ਭੁੱਖਾ ਨਹੀਂ ਸੁੱਤਾ ਪਰ ਅੱਜ ਜਿਹੜਾ ਗਊ ਮਾਤਾ ਤੇ ਬੇਜਬਾਨ ਤੇ ਬਹੁਤ بڑا ਸੰਕਟ ਹੈ ਇਹ ਸੰਕਟ ਨੂੰ ਅਸੀਂ ਤੁਸੀਂ ਸਾਰੇ ਅਸੀਂ ਇਹਨੂੰ ਗੰਭੀਰਤਾ ਨਾਲ ਲੈਣਾ ਇਹ ਕੋਈ ਆਮ ਵਿਸ਼ਾ ਨਹੀਂ ਇਹ ਕੋਈ ਮਾਨਵ ਦਾ ਵਿਸ਼ਾ ਨਹੀਂ ਕਿਉਂਕਿ ਮਾਨਵ ਆਪਣੇ ਵਾਸਤੇ ਸੰਘਰਸ਼ ਕਰ ਸਕਦਾ ਮਾਨਵ ਆਪਣੇ ਵਾਸਤੇ ਕਈ ਤਰ੍ਹਾਂ ਦੇ ਐਡਵਰਟਾਈਜ਼ ਕਰ ਸਕਦਾ ਉਹਨੂੰ ਮੀਡੀਆ 'ਚ ਦੇ ਸਕਦਾ ਪ੍ਰਿੰਟਿੰਗ ਮੀਡੀਆ 'ਚ ਦੇ ਸਕਦਾ ਇਲੈਕਟ੍ਰੋਨਿਕ ਮੀਡੀਆ 'ਚ ਦੇ ਸਕਦਾ ਜਿਹੜਾ ਬੇਜਬਾਨ ਹੈ ਉਹਨੇ ਆਪਣੇ ਵਾਸਤੇ ਲੜਾਈ ਨਹੀਂ ਲੜਨੀ ਬੇਜਵਾਨ ਵਾਸਤੇ ਲੜਾਈ ਉਸ ਮਾਨਵਾਂ ਨੇ ਲੜਨੀ ਆ ਜਿਹੜੇ ਇਨਸਾਨ ਦੇ ਅੰਦਰ ਬੇਜਬਾਨਾ ਵਾਸਤੇ ਉਹਨਾਂ ਦੇ ਦਿਲ ਦੇ ਅੰਦਰ ਜਿਹਨਾਂ ਦੇ ਅੰਦਰ ਥੋੜਾ ਬਹੁਤਾ ਦਰਦ ਹੈ ਇਸ ਕਰਕੇ ਮੈਂ ਅੱਜ ਸਾਰੇ ਪੰਜਾਬ ਦੇ ਗਊ ਭਗਤਾਂ ਨੂੰ ਪਸ਼ੂਤੰਨ ਜਿਹੜੇ ਪ੍ਰੇਮੀ ਨੇ ਉਹ ਬੇਜਬਾਨ ਪ੍ਰੇਮੀ ਮੈਂ ਸਾਰਿਆਂ ਨੂੰ ਔਰ ਪੂਜਨੀਯ ਸੰਸਮਾਜ ਨੂੰ ਸਾਰੇ ਗਊਸ਼ਾਲਾ ਦੇ ਪ੍ਰਧਾਨ ਸਾਹਿਬ ਚੇਅਰਮੈਨ ਸਾਹਿਬ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਪਰਮ ਪੂਜਨੀਏ ਸਵਾਮੀ ਕ੍ਰਿਸ਼ਨਾਨੰਦ ਮਹਾਰਾਜ ਜੀ ਨੇ ਇੱਕ ਬਹੁਤ ਬੜਾ ਸੰਘਰਸ਼ ਜਿਹੜਾ ਉਹ ਸ਼ੁਰੂ ਕੀਤਾ ਉਹ ਸੰਘਰਸ਼ ਦਾ ਹਿੱਸਾ ਬਣੀਏ ਉਹ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਈਏ ਔਰ 13 ਤਰੀਕ ਨੂੰ ਬੀਨੇਵਾਲ ਜੋ ਗੜ ਸ਼ੰਕਰ ਜ਼ਿਲ੍ਹਾ ਹਿਆਰਪੁਰ ਦੇ ਵਿੱਚ ਕੁਟਿਆ ਪਰਮ ਪੂਜਨੀਏ ਸਵਾਮੀ ਕ੍ਰਿਸ਼ਨਾਨੰਦ ਮਹਾਰਾਜ ਜੀ ਦੀ ਉੱਥੇ 13 ਤਰੀਕ ਨੂੰ 11 ਵਜੇ ਬੈਠਕ ਰੱਖੀ ਹੈ ਉਸ ਬੈਠਕ ਦੇ ਵਿੱਚ ਸਾਰੇ ਜਿੰਨੇ ਵੀ ਸੰਗਠਨਾਂ ਤੋਂ ਲੋਕ ਨੇ ਉਹ ਸਾਰਿਆਂ ਨੂੰ ਬੇਨਤੀ ਆ ਪ੍ਰਾਰਥਨਾ ਹੈ ਕਿ ਤੁਸੀਂ ਆਓ ਆ ਕੇ ਅਸੀਂ ਇੱਕ ਤੇ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਮਿਲ ਕੇ ਵੀ ਇਹ ਸਾਰੀ ਸਥਿਤੀ ਦੱਸੀਏ ਹਿਮਾਚਲ ਦੇ ਵਿੱਚ ਜਿਹੜੇ ਗਵਰਨਰ ਨੇ ਜਿਹੜੇ ਮਾਨੀਆ ਮੁੱਖ ਮੰਤਰੀ ਨੇ ਉਹਨਾਂ ਨੂੰ ਦੱਸੀਏ ਬਹੁਤ ਸਾਰੀਆਂ ਫੈਕਟਰੀਆਂ हिमाचल ਦੀਆਂ ਜਿਹੜੀਆਂ ਪੰਜਾਬ ਦੇ ਬਾਰਡਰ ਦੇ ਨਾਲ ਉਹਨਾਂ ਨੇ ਲਗਾਈਆਂ ਨੇ ਔਰ ਇੱਕ ਤੇ ਉਥੇ ਪੋਲੂਸ਼ਨ ਪੰਜਾਬ ਨੂੰ ਮਿਲ ਰਿਹਾ ਇੱਕ ਪੰਜਾਬ ਦਾ ਸੁੱਕਾ ਚਾਰਾ ਜਿਹੜਾ ਉਹ ਫੈਕਟਰੀਆਂ ਯੂਜ਼ ਕਰ ਰਹੀਆਂ ਨੇ ਤਾਂ ਗੜਸ਼ੰਕਰ ਤੂੰ ਬਿਲਕੁਲ 1.5 ਕਿਲੋਮੀਟਰ ਦੂਰ ਇੱਕ ਬਹੁਤ ਬੜੀ ਫੈਕਟਰੀ ਆ ਜਿੱਥੇ ਲੱਖਾਂ ਟਨ ਰੋਜ ਤੂੜੀ ਜਿਹੜੀ ਆ ਉਹ ਜਲਾਈ ਜਾਂਦੀ ਆ ਔਰ ਹਿਮਾਚਲ ਦਾ ਉਹ ਬਿਲਕੁਲ ਬਾਰਡਰ ਹੈ ਪੰਜਾਬ ਤੋਂ 1 ਕਿਲੋਮੀਟਰ ਅੱਗੇ ਪੈਂਦਾ ਉਸ ਦਿਨ ਅਸੀਂ ਸਾਰੇ ਜਾ ਕੇ ਉੱਥੇ ਜਿਹੜੇ ਮਾਲਕ ਨੇ ਮਿਲਦੇ ਉਹਨਾਂ ਨੂੰ ਮਿਲ ਕੇ ਬੇਨਤੀ ਪ੍ਰਾਰਥਨਾ ਵੀ ਕਰਾਂਗੇ ਅਗਰ ਇਸ ਤੋਂ ਬਾਅਦ ਸਾਡਾ ਨਹੀਂ ਸਾਡਾ ਸਮੱਸਿਆ ਹੱਲ ਹੁੰਦੀ ਅਸੀਂ ਇਹਦੇ ਵਾਸਤੇ ਇੱਕ ਬਹੁਤ بڑا ਜਿਹੜਾ ਸੰਘਰਸ਼ ਵਾਸਤੇ ਵੀ ਤਿਆਰ ਰਹਿਣਾ ਅਸੀਂ ਸੰਘਰਸ਼ ਨੂੰ ਕਰਨ ਦੀ ਰੂਪਰੇਖਾ ਜਿਹੜੀ ਆ ਉਹ ਵੀ ਬਣਾ ਲਈ ਹੈ ਕਿਉਂਕਿ ਜਿੰਨੇ ਵੀ ਦੇਸ਼ ਦੇ ਪਰਮ ਪੂਜਨੀਏ संत महापुरुष ने उणा ਸਾਰਿਆਂ ਦਾ ਆਦੇਸ਼ ਆ ਹੁਕਮ ਹੈ ਕਿ ਪੰਜਾਬ ਦੇ ਵਿੱਚੋਂ ਜਿਹੜੀ ਤੂੜੀ ਐ ਸੁੱਕਾ ਚਾਰਾ ਉਹ ਰਾਜਸਥਾਨ ਦੀਆਂ ਸਾਰੀਆਂ ਗਊ ਮਾਤਾ ਉਹਦੇ ਕਰਕੇ ਪਲਦੀਆਂ ਨੇ ਹਰਿਆਣੇ ਦੇ ਵਿੱਚ ਜਾਂਦਾ ਹਿਮਾਚਲ ਚ ਜਾਂਦੀ ਐ ਤੂੜੀ ਔਰ ਇੱਥੋਂ ਤੱਕ ਸਾਰਾ ਤੁਹਾਡਾ ਉੱਪਰ ਜਿਹੜਾ ਜੰਮੂ ਕਸ਼ਮੀਰ ਆ ਲੇਹ ਲਦਾਖ ਤੱਕ ਤੂੜੀ ਗਊ ਮਾਤਾ ਦਾ ਚਾਰਾ ਜਿਹੜਾ ਉਹ ਪੰਜਾਬ ਚ ਜਾਂਦਾ ਅਗਰ ਪੰਜਾਬ ਦੀਆਂ ਮਿੱਲਾਂ ਦੇ ਲੋਕ ਇਹਨੂੰ 15-16 ਰੁਪਏ ਕਿਲੋ ਖਰੀਦਣਗੇ ਤੇ 20 ਰੁਪਏ ਕਿਲੋ ਤੂੜੀ ਲੈ ਕੇ ਕੋਈ ਗਊਸ਼ਾਲਾ ਦੇ ਵਿੱਚ ਗਊ ਮਾਤਾ ਨੂੰ ਨਹੀਂ ਪਾਏਗਾ ਗਊ ਮਾਤਾ ਦੀ ਸਲਟਰਿੰਗ ਹੋਏਗੀ ਗਊ ਮਾਤਾ ਦੀ ਹੱਤਿਆ ਹੋਏਗੀ ਜੇ ਆਪਾਂ ਚਾਹਨੇ ਆ ਪੰਜਾਬ ਦੀ ਪਾਵਨ ਤੇ ਪਵਿੱਤਰ ਧਰਤੀ ਤੋਂ ਗਊ ਮਾਤਾ ਦੀ ਹੱਤਿਆ ਨਾ ਹੋਵੇ ਇਹਦੇ ਵਾਸਤੇ ਅਸੀਂ ਸਹਿਯੋਗ ਕਰੀਏ ਇਹ ਕੋਈ ਕਿਸੇ ਦਾ ਵੀ ਪਰਸਨਲ ਵਿਸ਼ਾ ਨਹੀਂ ਇਹ ਸਾਰਿਆਂ ਦਾ ਸਾਡਾ ਸਾਂਝਾ ਵਿਸ਼ਾ ਹੈ ਅਸੀਂ ਸਾਰਿਆਂ ਨੇ ਇਸ ਵਿਸ਼ੇ ਨੂੰ ਰਲ ਮਿਲ ਕੇ ਪਰਮ ਪੂਜਨੀਏ ਸਵਾਮੀ ਕ੍ਰਿਸ਼ਨ ਆਨੰਦ ਮਹਾਰਾਜ ਜੀ ਪੂਰੀ ਵਾਲੇ ਜੋ ਰਾਸ਼ਟਰੀ ਅਧਿਕਸ਼ ਨੇ ਗਊ ਸੇਵਾ ਮਿਸ਼ਨ ਦੇ ਉਹਨਾਂ ਦੀ ਅਧਿਕਸ਼ਤਾ ਦੇ ਵਿੱਚ ਅਸੀਂ ਇਹ ਜਿਹੜਾ ਸੰਘਰਸ਼ ਹੈ ਇਹਦੀ ਰੂਪਰੇਖਾ ਬਣਾਣੀ ਹੈ 13 ਤਰੀਕ ਅਸੀਂ ਸਾਰੇ ਸਵੇਰੇ 10 ਵਜੇ ਬੀਨੇਵਾਲ ਕੁਟਿਆ ਗੜ ਸ਼ੰਕਰ ਪਰ ਪੂਜਨੀਯਾ ਸੁਆਮੀ ਕਿਸ਼ਨਨਾਂ ਜੀ ਜੋ ਬੜੀ ਗਊਸ਼ਾਲਾ ਉਹਦੇ ਵਿੱਚ ਪਹੁੰਚਣਾ ਤਾਂ ਕਿ ਅਗਲਾ ਜਿਹੜਾ ਸੰਘਰਸ਼ ਹੈ ਉਹਦੀ ਸਾਰੀ ਰੂਪਰੇਖਾ ਬਣਾ ਕੇ ਉਹਨੂੰ ਮੰਜ਼ਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਾਰਿਆਂ ਵੀਰਾਂ ਭੈਣਾਂ ਭਰਾਵਾਂ ਦਾ ਜਿਹੜੇ ਵੀ ਮੇਰੇ ਨਾਲ ਗਊ ਭਗਤ ਗਊ ਪ੍ਰੇਮੀ ਪਸ਼ੂ ਪ੍ਰੇਮੀ ਬੇਜਬਾਨ ਪ੍ਰੇਮੀ ਜੁੜੇ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈ ਗੋ ਮਾਤਾ ਜੈ ਗੋਪਾਲ ਜੈ ਨੰਦ ਲਾਲ ਜੈ ਨੰਦ ਲਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤਾਨ ਕਬੀਰ ਜੈ ਕਬੀਰ ਤਾਨ ਕਬੀਰ ਜੈ ਕਬੀਰ